ਇੱਕ ਦੂਜੇ ਤੋਂ ਸਮਾਨ ਮੰਗ ਕੇ ਵਰਤਣ ਦੀ ਆਦਤ ਅਤੇ ਹਰ ਜਗ੍ਹਾ ਆਪਣੇ ਤੋਂ ਪਹਿਲਾਂ ਆਪਣੇ ਦੋਸਤ ਦਾ ਡੰਗ ਸਾਰਨ ਦੀ ਆਦਤ ਲਈ ਤਾਂ ਪੰਜਾਬੀ ਦੁਨੀਆ ਭਰ ਵਿੱਚ ਮਸ਼ਹੂਰ ਹਨ। ਭਾਵੇਂ ਗੱਡੀ ਹੋਵੇ, ਭਾਵੇਂ ਮੋਟਰਸਾਈਕਲ ਹੋਵੇ ਜਾਂ ਕੋਈ ਲੀੜਾ ਲੱਤਾ, ਪੰਜਾਬੀ ਹਰ ਸ਼ੈ ਆਪਣੇ ਖਾਸ ਦੋਸਤ ਨਾਲ ਸਾਂਝੀ ਕਰ ਲੈਂਦੇ ਹਨ। ਅਤੇ ਹੁਣ ਕੋਰੋਨਾ ਮਹਾਂਮਾਰੀ ਦੌਰਾਨ ਇੱਕ ਪੰਜਾਬੀ ਦੀ ਦੂਜੇ ਪੰਜਾਬੀ ਨਾਲ ਇੱਕ ਅਜਿਹੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਦੋਸਤ ਦੂਜੇ ਦੋਸਤ ਤੋਂ ਬਾਜ਼ਾਰ ਜਾਣ ਲਈ ਉਸਦਾ ਮਾਸਕ ਮੰਗਦਾ ਸੁਣਾਈ ਦੇ ਰਿਹਾ ਹੈ, ਕਿਉਂਕਿ ਸਰਕਾਰ ਨੇ ਮਾਸਕ ਨਾ ਪਾਉਣ ਵਾਲਿਆਂ ਲਈ ਜੁਰਮਾਨੇ ਦਾ ਐਲਾਨ ਕੀਤਾ ਹੈ। ਇੱਕ ਵਾਰ ਤੁਸੀਂ ਵੀ ਸੁਣੋ ਦੋ ਦੋਸਤਾਂ ਦੀ ਇਹ ਆਡੀਓ। ਹੈਲੋ, ਹਾਂ ਕਿਵੇਂ ਬਾਈ? ਠੀਕ ਹੈ। ਆਹੋ ਕਿਵੇਂ ਹੁਣ ਡਾਊਨਲੋਡ ਆ? ਡਾਊਨਲੋਡ ਆ, ਖੁੱਲ ਗਿਆ ਖਾਤਾ? ਖੁੱਲ ਗਿਆ ਹੁਣ ਤਾਂ ਕਹਿੰਦੇ? ਹਾਂ ਖੁੱਲ ਗਿਆ, ਹੁਣ ਤਾਂ ਫਰਕ ਪੈ ਗਿਆ। ਜਾਈਏ ਸ਼ਹਿਰ? ਹਾਂ ਬਸ ਕੋਈ ਨਹੀਂ ਸਰਦਾ ਤਾਂ ਜਾ ਜਾਣ ਜਾਣਾ ਕਿਤੇ ਜਾਣਾ ਜਾਣਾ ਮੈਂ ਅੱਜ ਜਾਣਾ ਸਕੂਟਰ ਤੇ ਪਾਲਾ ਜਾਊ ਨਾਲ ਤੇ ਐ ਕਰ। ਹਾਂ ਕਰੀ ਆਉਣਾ? ਹਾਂ ਕਰੀ ਮੈਂ ਆਉਣਾ, ਮਾੜਾ ਜਿਹਾ ਕੰਮ ਹੈ। ਆਹੋ ਲੈ ਕੇ ਜਾਣਾ, ਮਾਸਕ ਲੈ ਕੇ ਜਾਣਾ ਜਿਹੜਾ ਕੱਲਾ ਹੀ ਫਿਰਦਾ ਤੂੰ। ਉਹ ਚਲਾਨ ਚਲੂਨ ਕੱਟ ਦੇ ਕਹਿੰਦੇ 500 ਦਾ ਕਰ ਰੱਖਿਆ ਹੁਣ। ਉਹ ਐ ਥੋੜੀ ਹੁੰਦਾ, ਉਹ ਤਾਂ ਤੂੰ ਆਪਦਾ ਆਪਦਾ ਲਈ ਜਾਂਦਾ। ਉਹ ਨਹੀਂ ਯਾਰ ਗੱਲ ਨੀ, ਮੈਂ ਤੇਰਾ ਮਾਸਕ ਲੈ ਕੇ ਜਾਣਾ ਮੰਡੀ, 2-2.5 ਘੰਟਿਆਂ ਚ ਆ ਜੂੰਗਾ। ਉਹ ਚਲਾਨ ਕੱਟ ਦੇਣਾ ਉਹਦਾ, ਉਹ ਕੱਲਾ ਚਲਾਨ ਥੋੜੀ ਦੇਖਣਾ, ਉਹ ਆਪਦਾ ਆਪਦਾ ਹੁੰਦਾ। ਉਹ ਮੇਰਾ ਮਾਸਕ ਤੂੰ ਲਾ ਲੇਗਾ ਯਾਰ? ਕਿਉਂ ਮੈਂ ਕੀ ਫਿੱਟ ਨੀ ਆਉਂਦਾ? ਫਿੱਟ ਵਾਲੀ ਗੱਲ ਨੀ, ਆਪਦਾ ਆਪਦਾ ਹੁੰਦਾ ਉਹ, ਬਿਮਾਰੀ ਤੋਂ ਫੇਰ ਹੀ ਬਚਿਆ ਜਾਊਗਾ। ਕਿਹੜੀਆਂ ਬਿਮਾਰੀਆਂ ਨੇ, ਤੂੰ ਲੱਛਣਾ ਛੱਡ ਦੇ ਆਉਣਾ ਮੈਂ। ਉਹ ਫਿਰ ਉਹੀ ਗੱਲ ਬਈ, ਆਪਦਾ ਆਪਦਾ ਹੁੰਦਾ ਉਹ। ਕਿਉਂ ਆਪਦੇ ਦਾ ਕੀ ਮਤਲਬ? ਹਾਂ ਆਪਦੇ ਦਾ ਕੀ ਮਤਲਬ? ਮੇਰੇ ਆਉਂਦਾ ਨੀ ਉਹ। ਯਾਰ ਐ ਨੀ ਹੁੰਦਾ ਇਹ, ਵੀ ਜਿਹੜਾ ਮੇਰਾ ਮਾਸਕ ਮੈਂ ਵਰਤਦਾ ਤੂੰ ਆਪਦਾ ਵਰਤ, ਫੇਰ ਹੀ ਫਾਇਦਾ ਗਾ, ਫੇਰ ਹੀ ਮਾਸਕ ਪਾਉਣ ਦਾ ਫਾਇਦਾ। ਵਾਹ ਤੇਰੇ, ਕਿਉਂ ਉਹੀ ਗੱਲ ਕਰਦੀ ਨੇ ਬਲਦੇਜ ਵਾਲੀ, ਕਹਿੰਦਾ ਟਰਕਾਊਗਾ ਤੈਨੂੰ ਇਹ। ਨਹੀਂ ਟਰਕਾਉਣਾ ਕਿਹੜੀ ਬਈ, ਆਪਦਾ ਆਪਦਾ ਹੁੰਦਾ ਯਾਰ। ਮੇਰਾ ਮਾਸਕ ਮੇਰੇ ਕੋਲ, ਤੂੰ ਆਪਦਾ ਮਾਸਕ ਲੈ ਲਵਾਂ, ਉਹ ਕਿਸੇ ਨੂੰ ਹੋਰ ਆਉਂਦੀ ਨੀ ਸਮਝ। ਮੈਂ ਕੀ ਰੋਜ਼ ਹੀ ਮੰਡੀ ਜਾਣਾ ਤਾਂ ਅੱਜ ਹੈ, ਚਾਹੇ ਅੱਜ ਜਾਂ ਚਾਹੇ ਕੱਲ ਜਾ। ਐ ਆਪਾਂ ਮਾਸਕ ਥੋੜੀ ਮੰਗਦੇ ਹੁੰਦੇ, ਤੂੰ ਐ ਮੰਗ ਲੈ, ਜਿਵੇਂ ਸਕੂਟਰ ਮੰਗਦੇ ਕਿਸੇ ਦਾ ਯਾਰ। ਕਮਾਲ ਦਾ ਬੰਦਾ ਯਾਰ ਤੂੰ। ਹੋਰ ਤੂੰ ਇੱਕ ਮਿੰਟ ਮੇਰੀ ਗੱਲ ਸੁਣਾ, ਤੁਸੀਂ ਨਾ ਆਸਲੀ ਫਿਰ ਮੈਨੂੰ ਕਹਿਣੀ ਨੀ ਚਾਹੀਦੀ, ਜਦੋਂ ਮੈਂ ਕਚਹਿਰੀਆਂ ਚ ਗਵਾਈਆਂ ਪਵਾਉਣ ਵਕਤ ਤਾਂ ਮੈਨੂੰ ਕਿਵੇਂ ਬਾਂਹ ਫੜ ਕੇ ਉਹਦੀ ਲੈ ਗਿਆ ਦੀ ਵੀ ਆ ਜਾ। ਉਹ ਵੀਰੇ ਉਹ ਗੱਲ ਨੀ ਯਾਰ ਹੈਗੀ, ਤੂੰ ਮੇਰੀ ਨੀ, ਉਹ ਗੱਲ ਨੀ, ਤੂੰ ਮੇਰੀ ਗੱਲ ਦਾ ਜਵਾਬ ਦੇ। ਅਸੀਂ ਸਾਰੇ ਲੰਡੀ ਪਿੱਛੀ ਤੁਰੇ ਫਿਰਦੇ ਆ। ਉਹ ਤੂੰ ਯਾਰ ਗਰਮ ਕਿਉਂ ਹੁੰਦਾ ਮੇਰੀ, ਤੂੰ ਮੇਰੀ ਗੱਲ ਤਾਂ ਸਮਝ ਪੂਰੀ, ਮੈਂ ਕਹਿਣਾ ਕੀ ਚਾਹੁੰਦਾ ਉਹਨੂੰ, ਮੈਂ ਅੱਗੇ ਤੇਰੇ ਨੂੰ ਕੋਈ ਜਵਾਬ ਤਾਂ ਕਿਸੇ ਗੱਲ ਨੀ, ਜਵਾਬ ਵਾਲੀ ਗੱਲ ਨੀ। ਤੂੰ ਮੈਂ ਕਹੀ ਨਾ ਵੀ ਮੇਰਾ ਚਲਾ ਕਿੱਡੀ ਕੁ ਗੱਲ ਹੈ ਜਿਹੜਾ ਤੂੰ ਐਡਾ ਕਲੇਸ਼ ਪਾ ਲਿਆ ਮੇਰੇ ਨਾਲ। ਗੱਲ ਗੱਲ ਮਾਸਕ ਦੀ ਨੀ ਹੈਗੀ ਗੱਲ, ਗੱਲ ਯਾਰ ਇਹ ਥੋੜੀ ਹੈ। ਇਹੀ ਬਾਈ ਐ ਨਹੀਂ ਹੈਗਾ ਵੀ ਅਸੀਂ ਲੈ ਨਹੀਂ ਸਕਦੇ ਹੈਗੇ, ਮੈਂ 50 ਲਿਆ ਕੇ ਬਾਰ ਮੂਹਰੇ ਡੇਗ ਦੂੰ ਤੇਰੇ ਇਹ ਜੇ। ਉਹ ਬਾਈ ਆਪਦਾ ਲੀਰ ਦੇ ਟੋਟੇ ਪਿੱਛੇ ਤੂੰ ਉਹ ਕਰੀ ਜਾਂਦਾ। ਉਹ ਯਾਰ ਐ ਨਹੀਂ ਗੱਲ, ਮੈਂ ਸਮਝਦਾ ਤਾਂ ਨਹੀਂ ਗੱਲ ਮੇਰੀ, ਮੈਂ ਤਾਂ ਇਹ ਗੱਲ ਕਹਿਣਾ ਵੀ ਮਾਸਕ ਲੈ ਲੈ, ਮੈਂ ਚਾਹੇ ਮੈਂ ਤੋਂ 20 ਲੈ ਜਾ, ਪਰ ਆਪਦਾ ਆਪਦਾ ਹੁੰਦਾ ਉਹ। ਮੇਰੇ ਵਾਲਾ ਮਾਸਕ ਤੂੰ ਕਿਵੇਂ ਲਏਗਾ ਯਾਰ? ਯਾਰ ਆਪਦੇ ਨਹੀਂ, ਆਪਦੇ ਨੂੰ ਕੀ ਮਤਲਬ, ਤੂੰ ਤੂੰ ਨਹੀਂ ਪਾਉਂਦਾ ਆਪਦੇ ਭਾਈ ਦੇ ਜੋੜੇ ਜੁੱਤੀ? ਜੋੜੇ ਜੁੱਤੀ ਦੀ ਗੱਲ ਕੁਛ ਹੋਰ ਹੁੰਦੀ ਹੈ, ਇਹ ਮਾਸਕ ਹੈ ਮਾਸਕ। ਇਹ ਕਰੋਨੇ ਨੇ ਤਾਂ ਹੀ ਘਰ ਪੱਟੇ ਨੇ ਬਈ। ਓਹੋ ਯਾਰ ਗੱਲ ਉਹ ਕਾਵਾ ਛੇ ਤੇਰੇ ਐਡਾ ਕਰੇ ਗੁਣ ਕਰੇ ਭੁੱਲ ਗਿਆ ਤੂੰ ਮਿੰਟ ਚ? ਉਹ ਯਾਰ ਤੂੰ ਤਾਂ ਪੁੱਠੇ ਪਾਸੇ ਜਾਈ ਜਾਂਦਾ। ਕੋਈ ਗੱਲ ਨੀ, ਆਓ ਪਾ ਦੇ ਮੇਰਾ ਉਹਦੇ, ਬੰਦ ਕਰ ਦੇ ਮੇਰਾ ਫੋਨ, ਨਹੀਂ ਵਰਤਣਾ। ਕਾਹਨੂੰ ਬੰਦ ਕਰਦੇ ਯਾਰ? ਮੈਂ ਬਿਊਰੋ ਰਿਪੋਰਟ ਪ੍ਰਾਈਮੋ ਦੇ।